ਅੱਛਾ ਜੀ, ਨਾਰਾਨ ਕਗਾਨ ਜਾਂ ਮਰੀ ਆਲੇ ਪਾਸੇ ਜੇ ਤੁਸੀਂ ਆ ਰਹੇ ਹੋ, ਇਹ ਮੁੰਡਾ ਵੇਖ ਰਹੇ ਹੋ ਕੀ ਹੋਇਆ ਤੈਨੂੰ? ਉਰਾ ਤਾਂ ਨਾ ਉਰਾ ਉਰਾ ਉਰਾ। ਇਹ ਜਨਾਬ ਜੀ, ਇਹ ਦੋ ਤਿੰਨ ਮੁੰਡੇ ਰਲੇ ਹੋਏ ਨੇ, ਠੀਕ ਹੈ। ਇੱਕ ਹੈ ਮੁੰਡਾ, ਇਹ ਇੰਤਰਾ ਪੂਰਾ ਇਹਨਾਂ ਦਾ ਗਰੁੱਪ, ਤੇ ਇੱਕ ਪਹਿਲੇ ਗੱਡੀ ਦੇ ਵਿੱਚ ਜ਼ਬਰਦਸਤੀ ਨੇ ਬਬਲ ਸੱਟ ਕੇ ਜਾ ਸੀ, ਪਿੱਛੋਂ ਦੂਆ ਮੁੜ ਮਲ ਕੇ ਆ ਜਾ ਸੀ। ਆਹ ਹੁਣ ਵੀਡੀਓ ਜੇ ਇਹਦੀ ਬਣਾਉਣੀ ਸ਼ੁਰੂ ਕੀਤੀ ਹੈ ਨਾ, ਹੁਣ ਮਲ ਗਿਆ, ਠੀਕ ਹੈ ਨਾ। ਡਰਾਮਾ ਸੁਣ ਲਓ, ਇਹਨਾਂ ਡਰਾਮਾ ਕੀਤਾ ਕਿ ਤੁਸੀਂ ਮੁਹਤਾਤ ਰਹਿਣਾ। ਇੱਕ ਮੁੰਡਾ ਆਏਗਾ ਨਿੱਕਾ, ਉਹ ਗੱਡੀ ਦੇ ਵਿੱਚ ਬਬਲ ਤੁਹਾਨੂੰ ਜ਼ਬਰਦਸਤੀ ਦੇ ਜਾਏਗਾ, ਰੱਖ ਲਓ ਰੱਖ ਲਓ ਰੱਖ ਲਓ, ਅਸੀਂ ਨਹੀਂ ਲੈਣੀ, ਬੇੜੀ ਬੋਰਡ ਨਹੀਂ ਆਉਂਦੀ। ਅੱਛਾ, ਛੋਟੇ ਬੱਚੇ ਨੇ ਬੰਦਾ ਆਉਂਦਾ, ਚਲੋ ਕੋਈ ਨੀ। ਉਹ ਫਿਰ ਇੱਕ ਆ ਕੇ ਤੇ ਲੈ ਕੇ ਵਗ ਜਾਏਗਾ, ਪਿੱਛੋਂ ਮੁੜੇ ਦੂਏ ਨੂੰ ਗਲੇਂਦੇ ਨੇ ਹਾਜੀ ਸਾਹਿਬ ਨੂੰ, ਬਈ ਹੁਣ ਤੂੰ ਉਹਦਾ ਸਾਈਂ ਬਣ ਬਬਲ ਦਾ। ਬਬਲ ਦੇ ਮੁੜ ਪੈਸੇ ਕਿੰਨੇ ਜੀ? 200 ਰੁਪਈਆ, ਇਹ ਉੱਥੋਂ 20 ਰੁਪਈਏ ਦੀ ਬਬਲ ਮਿਲਦੀ ਹੈ, ਠੀਕ ਹੈ ਨਾ। ਇਹ ਮੁਹਤਾਤ ਰਹੋ ਜੀ, ਇੱਥੇ ਪੂਰਾ ਗੈਂਗ ਹੈ, ਛੋਟੇ ਛੋਟੇ ਬੱਚਿਆਂ ਨੂੰ ਪਾਕਿਸਤਾਨ ਯਾਰ ਸਾਡਾ ਐਂ ਤਾਂ ਨਾ, ਇਹ ਦਸਿਆਵਾਂ ਦੇ ਨਾਲ ਜ਼ਿਆਦਤੀ ਹੋ ਰਹੀ ਹੈ। ਹੋਟਲ ਵਾਲੇ ਤੇ ਇਦੂ ਵੇਖੋ ਲੁੱਟ ਮਾਰ ਮਚਾਈ ਖੜੇ, ਛੋਟੇ ਛੋਟੇ ਪਠਾਣਾ ਨੂੰ ਐ ਕਿਹੜੇ ਯਾਰ ਕੇ ਯਾਰ ਸਾਡੇ ਬਸ ਇਹ ਸਾਡੇ ਛੋਟੇ ਅਲੱਗ ਬੱਚੇ ਜਾਂ ਨਾ ਕਿਸਮ ਦੇ, ਇਹਨਾਂ ਨੂੰ ਕਿਹੜੇ ਕੰਮ ਤੇ ਨਲਾ ਦਿੱਤਾ ਹੈ। ਇਹ ਕੰਮ ਦਾ ਉਹ ਡਰਾਮਾ ਕਰਦਾ ਹੈ, 100-200 ਦੇ ਪਿੱਛੇ ਆਉਣ ਵਾਲੇ ਸਿਆਵਾਂ ਦੇ ਨਾਲ ਜ਼ਿਆਦਤੀ ਕਰਦੇ ਨੇ। ਮੇਰਾ ਕਸਮ ਵਾਲੀ ਗੱਲ, ਦਿਲ ਦੁਖ ਰਿਹਾ।